ਕਰਾ ਦੇ ਕੋਈ ਗੱਲ ਨੀ ਕਿਸੇ ਨੂੰ ਨਾ ਕਹਿ ਤੂੰ ਆਪਣਾ ਮਨ ਹੀ ਕਰਾਨੀ ਫੈਸਲਾ ਦੇ ਕਿ ਐਂਟਲ ਹੱਥ ਜਿਹੜਾ ਭਾਈ ਰਿਆਸਤ ਉਹ ਡਾਊਂਡ ਕੋਲ ਲੱਥਾ ਹੈ ਕਿ ਨਹੀਂ ਲੱਥਾ ਉਹ ਤੁਹਾਡੇ ਵੱਲੇ ਵੇਂਦਾ ਪਿਆ ਸਾਰੇ ਦੱਸ ਕੇ ਇਹਨਾਂ ਦੇ ਐਂਡ ਤੱਕ ਦੱਸਦੇ ਵੀ ਆਹ ਗੇਮ ਹੋਈ ਪਹਿਲਾਂ ਪਹਿਲਾਂ ਕਿਹਨੇ ਪੜਿਆ ਮਾਨੀ ਕਰਾਨੀ ਜਿਹੜੀ ਗੱਲ ਮੇਰਾ ਪੁੱਤਰ ਸਹੀ ਕਰ ਤੂੰ ਆਪਣੀ ਕਬਰ ਹੀ ਕਰਾ ਨਿਰਾਪ ਹੈਗਾ ਜ਼ਿੰਮੇਦਾਰ ਵੀ ਅੱਲਾ ਕੋਈ ਵਾਅਦਾ ਘਰਾਂ ਨਹੀਂ ਕਰ ਸਕਦਾ ਜ਼ਿੰਮੇਦਾਰ ਲੇਕਿਨ ਮਾਨੀ ਕਰਾਨੀ ਫੈਸਲਾ ਕਰ ਤੇ ਤੂੰ ਆਪਣੀ ਕਬਰ ਚ ਆਪੇ ਨੇਰੇ ਦੇ ਜਾਣਾ ਅਸੀਂ ਤੁਸੀਂ ਤੈਨੂੰ ਅਸੀਂ ਬਚਾ ਨਹੀਂ ਸਕਦੇ ਮਕਸਦ ਹੈ ਕਿ ਮੈਂ ਗੱਲ ਖਲੋਤਾ ਹਾਂ ਮਾਨੀ ਕਰਾਨੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਂ ਕਿਸੇ ਬੰਦੇ ਨਾਲ ਗਲਤ ਨਹੀਂ ਕੀਤਾ ਮੈਂ ਨਹੀਂ ਚਾਹੁੰਦਾ ਕਿ ਇਹ ਇਹਦੇ ਨਾਲ ਗਲਤ ਹੋਵੇ ਜਾਂ ਉਹਦੇ ਨਾਲ ਗਲਤ ਹੋਵੇ ਠੀਕ ਹੈ ਪਹਿਲਾਂ ਲਾ ਕੇ ਪਹਿਲਾਂ ਇਹਨੇ ਢੱਕਿਆ ਠੀਕ ਹੈ ਉਸ ਤੋਂ ਬਾਅਦ ਉਸਤਾਦ ਰਹਿਮਤ ਨੇ ਫੈਸਲਾ ਵੀ ਦਿੱਤਾ ਉਹਨੇ ਕਿਹਾ ਦੱਸੋ ਤੁਹਾਡਾ ਕੀ ਫੈਸਲਾ ਮੈਂ ਕਿਹਾ ਲੈ ਗਿਆ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕਿਹਾ ਸਾਧ ਮਲਿਕ ਸ਼ਹਿਜ਼ਾਦ ਸਾਹਿਬ ਨੇ ਕਿਹਾ ਕਿ ਤੂੰ ਹੱਥ ਦੁਬਾਰਾ ਕਰਾ ਦੇ ਮੇਰੇ ਕਹਿਣ ਤੇ ਤੇ ਮੈਂ ਕਿਹਾ ਚੱਲ ਯਾਰ ਸਾਧ ਛੱਤੀ ਦੀ ਉੱਥੇ ਜੀ ਮੈਂ ਕਿਹਾ ਸਾਧ ਦੁਬਾਰਾ ਕਰਾ ਦੀ ਇਹਨੇ ਕਿਹਾ ਦੁਬਾਰਾ ਕਰਾ ਦੇ ਯਾਰ ਫਿਰ ਉਹਨਾਂ ਨੇ ਦੁਬਾਰਾ ਵੀ ਨਹੀਂ ਕਰਦੇ ਪਏ ਉਹ ਇੱਧਰ ਮੇਰੀ ਗੱਲ ਸੁਣੋ ਜਿਵੇਂ ਬਿਜਲੀ ਨੇ ਫੈਸਲਾ ਦਿੱਤਾ ਹੈ ਪਹਿਲਾ ਹੱਥ ਬੰਨ ਪੁੱਟ ਲਿਆ ਜੌਨ ਨੇ ਠੀਕ ਹੈ ਦੂਸਰਾ ਹੱਥ ਇਹ ਬਰਾਬਰ ਨਹੀਂ ਦੇ ਰਿਹਾ 15-20 ਦਾ ਫਰਕ ਹੈ ਇਹਦੇ ਹੱਥ ਪੁੱਟ ਲਿਆ ਹੁੰਦਾ ਪਰ ਫਿਰ ਵੀ ਮੈਂ ਗੇਮ ਚਲਾਈ ਦਿੱਤਾ ਲੇਕਿਨ ਇਹਨੇ ਗੇਮ ਨੂੰ ਚਲਾਉਣ ਦੀ ਖਾਤਰ ਫਿਰ ਵੀ ਥੋੜ੍ਹੀ ਜਿਹੀ ਮਤਲਬ ਸਮਝੋ ਸਾਦੀ ਸ਼ਹੀਦੀ ਦਾ ਉਹਨਾਂ ਦਾ ਲਿਹਾਜ਼ ਰੱਖਿਆ ਲੇਕਿਨ ਹੁਣ ਡਾਊਨ ਦੇ 3 ਪੁਆਇੰਟ ਨੇ ਉਹਦਾ 1 ਪੁਆਇੰਟ ਹੈ ਉਹ ਬਾਂਹ ਵੀ ਅੱਗੇ ਨਹੀਂ ਫੜਦੇ ਪਏ ਕਿਉਂ ਜੀ ਇਸ ਤਰ੍ਹਾਂ ਹੀ ਗੱਲ ਹੈ ਇਹਨਾਂ ਨੇ ਕਿਹਾ ਬਾਂਹ ਫੜ ਲਓ ਉਹ ਬਾਂਹ ਨਹੀਂ ਫੜਦੇ ਪਏ ਇਸ ਟਾਈਮ ਜਿੰਨੀ ਬਾਂਹ ਹੋਈ ਹੈ ਉਹਦੇ ਮੁਤਾਬਕ ਡਾਊਨ ਰਹਿਮਤ ਤੋਂ ਜਿੱਤ ਗਿਆ ਕਿਉਂ ਜੀ ਦੁਬਾਰਾ
ਅਜੀਲੇ